ਪਏ ਆ ਕਿੰਨੇ, ਕਿਉਂਕਿ ਜੁੱਤੀ ਹੈ ਨਾ ਸੈਚੁਰੇਸ਼ਨ ਸੰਡੇ ਦੀ, ਜੂਠਾਂ ਵਾਲੀ ਜੁੱਤੀ ਵੀ ਇੱਥੇ ਜੂਠ ਪੀ ਰਹੇ ਨੇ। ਮੰਮੀ ਜੀ ਬਸ ਕਰੋ, ਕਰਤਾ ਇੱਧਰ ਵੀ ਬਣਾ ਲੈਣ ਦਿਓ, ਬਣਾ ਲਓ। ਮੈਂ ਤੈਨੂੰ ਰੋਕਿਆ ਜੇ, ਮੈਂ ਤੈਨੂੰ ਕਿਹਾ ਜੇ, ਮੈਂ ਤੁਹਾਡੇ ਕੈਮਰੇ ਅੱਗੇ ਹੱਥ ਲਾਇਆ ਜੇ, ਮੈਂ ਤੁਹਾਡਾ ਕੈਮਰਾ ਫੜਿਆ, ਕੀ ਕੀਤਾ? ਬਣਾਓ ਆਪਦੀ। ਤੁਸੀਂ ਤਾਂ ਕਹਿੰਦੇ ਹੋ ਵੀ ਤੂੰ ਵੀਡੀਓ ਬਣਾਇਆ ਕਰ, ਤੇ ਮੈਂ ਕਹਿੰਦੀ ਬਣਾਇਆ ਕਰ ਤੇ ਬਣਾਇਆ ਕਰੋ ਬਈ, ਫਿਰ ਇਹਦੇ ਚ ਮੇਰੀ ਕੀ ਗਲਤੀ ਹੈ? ਕੋਈ ਗਲਤੀ ਨਹੀਂ, ਕੋਈ ਗਲਤੀ ਨਹੀਂ। ਮੈਂ ਕਹਿੰਦੀ ਸੀ ਆਪਾਂ ਸਨਸੈਟ ਬਾਰੇ ਕੁਝ ਕਹਿ ਦਿੰਦੇ ਹਾਂ। ਸਨਸੈਟ ਤਾਂ ਵਿਚਾਰਾ ਸੋਹਣਾ ਹੀ ਹੈ, ਇਹਨੇ ਤਾਂ ਰੋਜ਼ ਚੜ੍ਹਨਾ ਤੇ ਰੋਜ਼ ਹੀ ਲੈਣਾ ਉਤਰਨਾ, ਤੇ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਸਨਸੈਟ ਦਾ। ਤਾਂ ਇੱਕ ਅੱਡੀ ਰੂਪ ਹੁੰਦਾ, ਚੜ੍ਹਦਾ ਤੇ ਛਿਪਦਾ ਇਹਦਾ, ਜਿਹੜਾ ਬਹੁਤ ਅੱਛਾ ਲੱਗਦਾ ਉਸ ਟਾਈਮ, ਤੇ ਬੜਾ ਵਧੀਆ ਲੱਗਦਾ। ਪਰਮਾਤਮਾ ਸਾਰਿਆਂ ਨੂੰ ਜੀ ਇਹੀ ਸਨਸੈਟ ਆਪਾਂ ਪਹਾੜਾਂ ਤੇ ਚੜ੍ਹ ਕੇ ਦੇਖੀਏ ਤੇ ਕਿੰਨਾ ਵਧੀਆ ਲੱਗੂਗਾ ਹੈ ਨਾ। ਪਹਾੜਾਂ ਤੇ ਚੜ੍ਹ ਕੇ ਥੱਲੇ ਛਾਲ ਮਾਰਾਂਗੇ, ਸਨਸੈਟ ਆਪੇ ਦਿਖ ਜੂਗਾ। ਤੇ ਤੁਸੀਂ ਕਿੱਥੇ ਚੱਲੇ ਹੋ ਗੱਡੀ 'ਚ ਬਹਿ ਕੇ ਅੱਜ? ਅੱਜ ਮੈਂ ਚੱਲੀ ਆਪਣੀ ਫਰੈਂਡ ਦੇ ਘਰ। ਉਹਨਾਂ ਨੇ ਇਨਵਾਈਟ ਕਰਿਆ ਸੀ ਤੁਹਾਨੂੰ ਪਹਿਲਾਂ? ਓਦਾਂ ਹੀ ਚੱਲੇ ਹੋ? ਇਨਵਾਈਟ ਕਰਦੇ ਅਗਲਾ ਫਿਰ ਵੀ ਜਾਂਦੇ, ਜੇ ਨਹੀਂ ਕਰਦਾ ਫਿਰ ਵੀ ਚਲੇ ਜਾਂਦੇ। ਬੜੇ ਬੇਸ਼ਰਮ ਬੰਦੇ ਹੋ ਤੁਸੀਂ। ਬੇਸ਼ਰਮ ਹੋਣਾ ਪੈਂਦਾ, ਹੋਣਾ ਪੈਂਦਾ ਅੱਜ ਦੇ ਜ਼ਮਾਨੇ ਦੇ ਵਿੱਚ। ਅੱਛਾ ਜੀ, ਤੇ ਹੁਣ ਤੁਸੀਂ ਗੱਡੀ ਠੱਲ ਕੇ ਕੀ ਕਰਨ ਲੱਗੇ ਹੋ? ਉਹ ਗੱਡੀ ਠੱਲ ਕੇ ਏਦਾਂ ਕਰਨ ਲੱਗੇ ਕਿ ਕਰਮਾ ਜੀ ਲੈਣ ਗਏ ਹੈ ਫਰੂਟ ਨਹੀਂ ਸਵੀਟ, ਤੇ ਚਲੋ ਮੈਂ ਕਿਹਾ ਲਿਆਓ ਫਰੂਟ ਵੀ ਲਵਾਂਗੇ ਤੇ ਸਵੀਟ ਵੀ ਲਵਾਂਗੇ, ਦੋਨੋਂ ਚੀਜ਼ਾਂ ਲੈ ਲਾਂਗੇ। ਅੱਛਾ, ਤੇ ਉਹ ਕਹਿੰਦੇ ਹੁੰਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕਿਸੇ ਦੇ ਘਰ। ਕਿਸੇ ਦੇ ਵੀ ਨਹੀਂ ਜਾਣਾ ਚਾਹੀਦਾ, ਆਪਦੇ ਘਰੇ ਆਵੇ ਉਦੋਂ ਵੀ ਲੈ ਕੇ ਆਣੇ ਚਾਹੀਦੇ। ਅੱਛਾ ਜੀ, ਅੱਛਾ, ਰਾਈਟ 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 ਰਾਈਟ। ਤੇ ਆਪਦੇ ਘਰੇ ਵੀ ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਸ਼ੇਕ ਵੀ ਨਾ, ਸ਼ੇਕ ਬਣਾਣਾ, ਸ਼ੇਕ ਇਹ ਮੈਂਗੋ ਸ਼ੇਕ, ਮੈਂਗੋ ਸ਼ੇਕ ਕਿੰਨੇ ਗਲਾਸ ਤੁਸੀਂ ਪੀਣਾ? ਪੀਓ, ਜਿੰਨਾਂ ਦੇ ਘਰੇ ਚੱਲਾਂਗੇ ਉਹਨਾਂ ਦੇ ਘਰੇ ਪੀਵਾਂਗੇ ਚੱਲ ਕੇ। ਓਏ, ਆਪਾਂ ਉਹਨਾਂ ਦੇ ਘਰੇ ਚੱਲ ਕੇ ਪੀਵਾਂਗੇ। ਉਹਨਾਂ ਨੇ ਪੀਣਾ ਹੀ ਨਹੀਂ। ਕਿਉਂ ਨਹੀਂ ਪੀਣਾ ਉਹਨਾਂ ਨੇ? ਮੈਂ ਤਾਂ ਬਹੁਤ ਖੁਸ਼ ਹਾਂ, ਲੋਕੀ ਸਾਰੇ ਕਰਦੇ ਆ। ਮੈਂ ਤਾਂ ਇਹਨਾਂ ਨੂੰ ਕਿਹਾ ਮੇਰੇ ਐਡੇ ਐਡੇ ਫੋਨ ਲੈ ਰੱਖਿਆ ਤੁਸੀਂ, ਹੋਰ ਕੀ ਹੈ? ਐਡੇ ਐਡੇ ਫੋਨ ਲੈ ਰੱਖੇ, ਕੋਈ ਤਾਂ ਕੰਮ ਕਰੀਏ ਇਹਨਾਂ ਦਾ। ਤੁਹਾਡਾ ਤੁਸੀਂ ਖਾਲੀ ਕਰਤਾ, ਕੋਈ ਨਹੀਂ ਮੈਨੂੰ ਪਾਣੀ ਦੇ, ਮੇਰੇ ਹੱਥ ਚ ਆ ਪੀਓ ਫਿਰ, ਚੱਕੋ ਲਓ ਬਾਈ, ਚਾਹ ਥੋੜੀ ਲੱਗੀ। ਚੱਲ ਬਾਈ ਪੀ ਲਓ, ਸਾਨੂੰ ਪੜਾਉਣਾ ਨਾ। ਖੰਗ ਹੋ ਗਈ ਅੰਡੇ ਦੀ ਭਾਈ, ਮੈਨੂੰ ਤਾਂ ਬਾਹਲੀ ਹੋਈ ਪਈ ਹੈ, ਕਈ ਦਿਨਾਂ ਦੀ ਇਤਰੀ ਅੰਟਿੰਗ ਤਾਂ। ਹੋਰ ਕਿਆ, ਮੇਰੇ ਤਾਂ ਨਾ ਆਹ ਸਿਰ ਦੁਖਦਾ ਉਹਦੇ ਨਾਲ, ਖੰਗ ਨਾਲ। ਬਸ ਬਸ ਭਰ ਲਿਆ ਢਿੱਡ, ਤੁਸੀਂ ਤਾਂ ਨਾਲ ਹੀ ਬੜਦਾ ਨੀ, ਉਹਨਾਂ ਚ ਹੁੰਦੀ ਹੈ ਨਾ ਟੱਲੀਆਂ। ਅੱਛਾ ਮੈਨੂੰ ਲੱਗਦਾ ਪ੍ਰੀਤੀ ਘਰੇ ਸੀ।
ਫੇਰ ਖਾਣ ਨੂੰ ਤੂੰ ਨਹੀਂ ਹਟਦਾ ਤੂੰ ਤਾਂ ਮੋਟਾ ਵੀ ਨਹੀਂ ਹੁੰਦਾ ਖੈਰ ਤੈਨੂੰ ਤਾਂ ਐਂ ਵੀ ਨਹੀਂ ਕਹਿ ਸਕਦੀ ਖਾ ਤੂੰ ਮੋਮੋਸ ਖਾ ਪਿੰਡ ਗਿਆ ਸੀ ਉਹਦੇ ਪੂਰਾ ਦਾ ਮੁੰਡਾ ਸਟੰਟ ਕਰਦੀ ਸੀ ਬਾਈਕ ਤੋਂ ਕਿ ਮੈਨੂੰ ਆਬਸੈਸ਼ਨ ਹੋ ਰਿਹਾ ਇੱਕ ਫਿਕਰ ਗਾਣੇ ਤੋਂ ਤੁਸੀਂ ਆ ਫਿਕਰ ਗਾਣਾ ਨਹੀਂ ਨਾ ਰਾਤ ਫਤਿਹਰੀ ਮਾਂ ਥੋੜੀ ਬਹੁਤ ਰਹਿ ਗਈ ਉਹ ਤੋਂ ਘੱਟ ਰਹਿ ਗਈ ਉਹ ਵੀ ਇੰਨੀ ਕਰਨ ਟੁਕੜੀ ਸੁਣਾ ਅਸੀਂ ਤਾਂ ਇੱਕ ਹੋਰ ਕੰਮ ਮੈਨੂੰ ਨਹੀਂ ਆ ਰਹੀ ਬਹੁਤ ਜ਼ਿਆਦਾ ਅਤੇ ਆਪਾਂ ਖਾਣਾ ਖਾ ਲਿਆ ਆਪਾਂ ਖਾਣੇ ਦਾ ਸ਼ੂਟ ਨਹੀਂ ਕਰਿਆ ਕਿਉਂਕਿ ਆਪਾਂ ਖਾਣਾ ਖਾਣ 'ਚ ਬਿਜ਼ੀ ਸੀ ਅਤੇ ਇੰਨੇ ਜ਼ਿਆਦਾ ਹਲਕੇ ਹੋ ਗਏ ਸੀ ਕਿ ਉਹਨੂੰ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਅਤੇ ਹੁਣ ਆਪਾਂ ਸੋ ਜਾਂਦੇ ਹਾਂ ਘਰ ਲੌਂਗ ਜਰਨੀ ਕਿਵੇਂ ਕਰਦੇ ਹਾਂ ਚਲੋ ਹੁਣ ਪੰਮੀ ਜੀ ਦੱਸਣਗੇ ਕੁਛ ਨਾ ਕੁਛ ਲੈ ਅਸੀਂ ਖਾਣਾ ਖਾਣ 'ਚ ਬਿਜ਼ੀ ਹੈ ਅਤੇ ਇਹ ਮੁੰਡਾ ਫੋਨ ਚਲਾਏ ਜਾ ਰਿਹਾ ਅਤੇ ਇੱਧਰ ਪੰਮੀ ਜੀ ਪਤਾ ਨਹੀਂ ਕੀ ਕਰ ਰਹੇ ਨੇ ਪੰਮੀ ਜੀ ਮੈਂ ਕੁਛ ਨਹੀਂ ਕਰਦੀ ਮੈਂ ਫੋਨ ਦੇਖ ਰਹੀ ਹਾਂ ਕੀ ਦੇਖ ਰਹੇ ਹੋ ਫੋਨ 'ਚ ਤੁਸੀਂ ਕੁਛ ਨਹੀਂ ਮੈਂ ਅੱਜ ਕੱਲ੍ਹ ਸਾਰੀ ਦੁਨੀਆ ਫੋਨ 'ਚ ਰਹਿੰਦੀ ਹੈ ਅਤੇ ਇਹਦੀ ਕੀ ਕਹਿੰਦੇ ਆ ਮੈਂ ਅੱਜ ਵਲੌਗ ਸ਼ੂਟ ਕਰਿਆ ਤੁਸੀਂ ਇਹਦੀ ਐਂਡਿੰਗ ਕਰ ਦਿਓ ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਐਕਸਪਰਟ ਹੋ ਵਲੌਗ ਦੀ ਐਂਡਿੰਗ ਵਗੈਰਾ ਕਰਨ 'ਚ ਮੈਨੂੰ ਦੱਸ ਦਿਓ ਵੀ ਕਿੱਦਾਂ ਐਂਡ ਕਰਨਾ ਹੈ ਬਸ ਐਂਡ ਹੀ ਐਂਡ ਹੈ ਠੰਡ ਠੰਡ ਖਾਣਾ ਪੀਣਾ ਖਾ ਲਿਆ ਅਤੇ ਘਰ ਪਹੁੰਚ ਚੁੱਕੇ ਸੀ ਕੋਲਡ ਡਰਿੰਕ ਵਗੈਰਾ ਨਮਕੀਨ ਬਿਸਕਿਟ ਵਗੈਰਾ ਸਭ ਕੁਛ ਖਾ ਲਿਆ ਖਾਣਾ ਵੀ ਖਾ ਲਿਆ ਚਿਕਨ ਨੀਂਦ ਆ ਰਹੀ ਅੱਖਾਂ 'ਚ ਅਤੇ ਨਾਲ ਆਪਣੇ ਹੋਰ ਕੀ ਸੀ ਚਿੱਲੀ ਪਨੀਰ ਚਿੱਲੀ ਚਿਕਨ ਸੀ ਕੜਾਹੀ ਚਿਕਨ ਸੀ ਦਾਲ ਮੱਖਣੀ ਵਗੈਰਾ ਸਾਰਾ ਕੁਛ ਸੀ ਪਰ ਵੀਡੀਓ ਬਣਾਉਣਾ ਮੈਂ ਭੁੱਲ ਗਈ ਕਿਉਂਕਿ ਉਸ ਟਾਈਮ ਬਸ ਆਈ ਸੀ ਕਿ ਫਟਾਫਟ ਸੀ ਨਾ ਉਹ ਦੇਖ ਲਓ ਉਹ ਮੁੰਡਾ ਖਾਏ ਜਾ ਰਿਹਾ ਅਤੇ ਖਾਣਾ ਹੁਣ ਖਾ ਲਿਆ ਜੀ ਅਤੇ ਥੈਂਕ ਯੂ ਸੋ ਮੱਚ ਅਤੇ ਵਲੌਗ ਨੂੰ ਪੂਰਾ ਦੇਖਿਓ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਚੰਗਾ ਫਿਰ ਬਾਏ ਗੁੱਡ ਨਾਈਟ ਟੇਕ ਕੇਅਰ ਸ਼ਬਾ ਕੇਅਰ ਫਿਰ ਮਿਲਦੇ ਹਾਂ